ਸ਼ਾ ਟੀਵੀ ਤੇ ਤੁਹਾਡਾ ਸਵਾਗਤ ਕਰਦੇ ਹਾਂ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਮੈਂ ਹਾ Kusum ਇਸ ਪ੍ਰੋਗਰਾਮ ਵਿੱਚ ਦੇਸ਼ ਦੁਨੀਆ ਸਿਆਸਤ ਤੇ ਲੋਕਾਂ ਨਾਲ ਜੁੜੇ ਮੁੱਦਿਆਂ ਤੇ ਅਸੀਂ ਚਰਚਾ ਕਰਦੇ ਹਾਂ ਤੇ ਕੋਸ਼ਿਸ਼ ਕਰਦੇ ਹਾਂ ਕਿ ਕੋਈ ਵੀ ਮੁੱਦਾ ਤੁਹਾਡੇ ਤੋਂ ਵਾਂਝਾ ਨਾ ਰਹਿ ਜਾਵੇ ਫਿਲਹਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਨੂੰ ਬਹੁਤ ਬਹੁਤ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਤੇ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਪੰਨੂ ਸਾਹਿਬ ਪੰਨੂ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਸ਼ੁਕਰੀਆ Kusum ਜੀ ਤੁਸੀਂ ਬਹੁਤ ਚੰਗਾ ਕੀਤਾ ਕਿ ਪ੍ਰੋਗਰਾਮ ਦੇ ਸ਼ੁਰੂ ਵਿੱਚ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੀ ਬਧਾਈ ਦੇ ਦਿੱਤੀ ਆ ਸਾਡੇ ਪੰਜਾਬ ਦੀ ਧਰਤੀ ਨੂੰ ਇਸ ਖਲ ਦਾ ਮਾਣ ਹੈ ਕਿ ਗੁਰੂ ਨਾਨਕ ਸਾਹਿਬ ਇੱਥੇ ਹੋਏ ਤੇ ਉਹਨਾਂ ਇੱਕ ਨਰਾਲਾ ਪੰਥ ਦਾ ਜੀ ਜਿਹੜਾ ਸਥਾਨਕ ਬੋਲੀ ਦੇ ਵਿੱਚ ਲੋਕਾਂ ਨੂੰ ਸੇਧ ਦੇ ਸਕਦਾ ਸੀ ਪਹਿਲਾਂ Hindu ਧਰਮ ਦੇ ਕੋਲ ਸੰਸਕ੍ਰਿਤ ਦੇ ਗ੍ਰੰਥ ਸਨ ਇਸਲਾਮ ਦੇ ਕੋਲ ਅਰਬੀ ਤੇ ਫਾਰਸੀ ਦੇ ਸਨ ਹਮ ਸਥਾਨਕ ਭਾਸ਼ਾ ਚ ਸਮਝ ਆਉਣ ਵਾਲਾ ਸਿਧਾਂਤ ਉਹਨਾਂ ਸਾਹਮਣੇ ਪੇਸ਼ ਕੀਤਾ ਉਹ ਨਾ ਕੱਲੇ ਸਿੱਖਾਂ ਦੇ ਸਨ ਨਾ ਹਿੰਦੂਆਂ ਦੇ ਨਾ ਮੁਸਲਮਾਨਾਂ ਦੇ ਉਹਨਾਂ ਦੇ ਹੁੰਦਿਆਂ ਹੀ ਉਹ ਸਰਬਸਾਂਝੇ ਬਣ ਗਏ ਸਨ ਜੀ ਇਹੋ ਕਾਰਨ ਸੀ ਕਿ ਲੋਕ ਇਹ ਕਹਿੰਦੇ ਹੁੰਦੇ ਸੀ ਨਾਨਕ ਸ਼ਾ ਫਕੀਰ ਹਿੰਦੂ ਦਾ ਗੁਰੂ ਮੁਸਲਮਾਨ ਦਾ ਪੀਰ ਯਾਨੀ ਦੋਵਾਂ ਤਰ੍ਹਾਂ ਦੇ ਸਾਂਝੇ ਸਨ ਅਸੀਂ ਸਤਕਾਰ ਵਜੋਂ ਸਿੱਖ ਕੋਨੇ ਗੁਰਨਾਨਕ ਸਾਹਿਬ ਅਗੇ ਉਹਨਾਂ ਤੋਂ ਸਿੱਖਿਆ ਲੈਣ ਦਾ ਯਤਨ ਕਰਨਾ ਚਾਹੀਦਾ ਜੀ ਆ ਪਰ ਉਸਾ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੋ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਹੱਲਾ ਮਚਿਆ ਹੋਇਆ ਕਿ ਨਵੇਂ ਨੋਟ ਬੰਦ ਕਰ ਦਿੱਤੇ ਗਏ ਨੇ ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਹਾ ਕਿ ਇਹ ਨੋਟ ਬੰਦ ਕਰਨ ਤੋਂ ਬਾਅਦ ਇਸ ਫੈਸਲੇ ਤੋਂ ਬਾਅਦ ਉਹ ਅੱਗੇ ਵੀ ਵਧਣਗੇ ਹੁਣ ਉਹ ਅੱਗੇ ਕੀ ਕਰਨਗੇ ਤੇ ਇਸ ਨਵੇਂ ਐਲਾਨ ਦਾ ਕੀ ਮਤਲਬ ਸਮਝ ਦਿਓ ਤੁਸੀਂ ਸਾਡੇ ਪ੍ਰਧਾਨ ਮੰਤਰੀ ਬੜੇ ਅਸੀਂ ਆਉਂਦੇ ਜਾਂਦੇ ਵੇਖੇ ਜੀ ਸੀਰੀਅਸ ਵੀ ਵੇਖੇ ਨਾਨ ਸੀਰੀਅਸ ਵੀ ਵੇਖੇ بڑے ਲਿਖੇ ਵੀ ਵੇਖੇ ਤੇ ਇਹੋ ਜਿਹੇ ਵੀ ਵੇਖੇ ਜਿਹੜੇ ਸਿਰਫ ਹਾਲਾਤ ਨੇ ਲਿਆ ਕੇ ਸਾਡੇ ਸਿਰ ਤੇ ਥੋਪਤੇ ਸੀ ਉਹ ਬਹੁਤੇ ਕੁ ਸਦਾਂਤ ਵਿੱਚ ਜਾਣ ਵਾਲੇ ਨਹੀਂ ਸੀ ਇਹ ਇਹੋ ਜਿਹਾ ਪ੍ਰਧਾਨ ਮੰਤਰੀ ਹੈ ਜਿਹਦੇ ਬਾਰੇ ਸਮਝ ਹੀ ਨਹੀਂ ਲੱਗਦੀ ਕਿ ਉਹ ਕੀ ਹੈ ਜੀ ਇਹਦਾ ਕੋਈ ਪਤਾ ਨਹੀਂ ਕੱਲ ਨੂੰ ਕਿਹੜਾ ਕਦਮ ਚੁੱਕ ਲੋ ਅਣਕਿਆਸੇ ਕਦਮ ਚੁੱਕਦਾ ਹੂੰ ਜਿੱਥੇ ਜਾਣਾ ਹੋਵੇ ਇੱਕ ਦਿਨ ਪਹਿਲਾਂ ਤੱਕ ਬਹੁਤੀ ਵਾਰੀ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਫਰਾਂੇ ਪਾਸੇ ਚੱਲਿਆ ਹੂੰ ਹੂੰ ਅਚਾਨਕ ਐਲਾਨ ਆ ਜਾਂਦਾ ਜੀ ਹੁਣ ਭਲਕੇ ਜਾ ਰਿਹਾ ਉੱਥੇ ਜਾਪਾਨ ਵਿੱਚ ਹਾਂਜੀ ਤੇ ਜੇ ਲੋਕੀ ਜਾਪਾਨ ਦਾ ਭਾਸ਼ਣ ਸੁਣਦੇ ਹੁੰਦੇ ਤੇ ਪਤਾ ਲੱਗਦਾ ਵਾਰਾਨਸੀ ਚ ਆਉ ਤੁਰਿਆ ਤੇ ਵਾਰਾਨਸੀ ਦੀ ਤਕਰੀਰ ਤੋਂ ਬਾਅਦ ਜੇ ਲੋਕੀ ਟੀਵੀ ਸੈੱਟ ਨਹੀਂ ਆਫ ਕਰਦੇ ਤੇ ਗੁਆਚ ਪਹੁੰਚ ਜਾਂਦਾ ਹੂੰ ਹੂੰ ਇਥੋਂ ਮਾਸਕੋ ਜਾਂਦਾ ਮਾਸਕੋ ਤੋਂ ਕਾਬਲ ਤੇ ਰਾਜ ਦਿਲ ਇਹ ਨੂੰ ਮੋੜ ਲੱਗਾ ਲਾਹੌਰ ਉੱਤਰ ਜਾਂਦਾ ਉਸੇ ਤਰ੍ਹਾਂ ਦਾ ਮਾਮਲਾ ਉਹਨੇ ਆਇਆ ਸੋਰੀ ਨੋਟਾਂ ਦੇ ਸਵਾਲ ਤੇ ਤਜਰਬੇ ਦੇ ਲਈ ਪੇਸ਼ ਕਰ ਦਿੱਤਾ ਜੀ ਇਹ ਕਹਤਾ ਕਿ 500 ਦੇ ਤੇ 1000 ਦੇ ਵੱਡੇ ਨੋਟਸ ਕਰਕੇ ਬੰਦ ਕਰਨੇ ਆ ਕਿ ਜਿਨ੍ਹਾਂ ਕੋਲ ਕਾਲਾ ਧਨ ਵੱਡੇ ਨੋਟਾਂ ਚ ਰੱਖਦੇ ਆ ਬਿਲਕੁਲ ਸਹੀ 1000 ਰੁਪਏ ਦੇ ਨੋਟਾਂ ਨਾਲ ਵੱਡੇ ਨੋਟ ਹੈ ਤੇ ਕਾਲਾ ਧਨ ਰੱਖਦੇ ਆ ਇਹਦੀ ਥਾਂ ਤੇ ਅਸੀਂ 2000 ਦੇ ਨੋਟ ਦੇਾਂਗੇ ਉਹ ਤਾਂ ਸਭ ਕਾਲਾ ਧਨ ਰੱਖਣ ਵਾਸਤੇ ਸੌਖ ਹੋ ਜੂਗੀ ਜੀ ਅੱਗੇ 40 ਬਕਸਿਆਂ ਚ ਕਾਲਾ ਧਨ ਰੱਖਣਾ ਹੁਣ 20ਾਂ ਚ ਪੈ ਜਾਏਗਾ ਜੀ ਇਹ ਕਹਿਤਾ ਕਿ ਸਾਡੀਆਂ ਮਸ਼ੀਨਾਂ ਸਭ ਕੁਝ ਤੁਹਾਨੂੰ ਕੋਈ ਸਮੱਸਿਆ ਨਹੀਂ ਆਵੇਗੀ ਜਦੋਂ ਅਗਲੇ ਦਿਨ ਸਮੱਸਿਆ ਆਈ ਤੇ ਅਗਲੀ ਗੱਲ ਕਹਤਿ ਕੁਛ ਦਿਨਾਂ ਦੀ ਸਮੱਸਿਆ ਹੁਣ ਉਹਨੇ ਇੱਕ ਨਵੇਂ ਗੱਲ ਕਹਿਤੀ ਹੈ ਕਿ ਅਸੀਂ ਤਾਂ ਅਜੇ ਇਹਦੇ ਤੋਂ ਅੱਗੇ ਵਧਣਾ ਹੂੰ ਹੂੰ ਜਿਹੜੀਆਂ ਬੇਨਾਮੀ ਜਾਇਦਾਦਾਂ ਉਹ ਅਸੀਂ ਫੋਲਣੀਆਂ ਨੇ ਬੇਨਾਮੀ ਖਾਤੇ ਫੋਲਣੇ ਨੇ ਫੋਲ ਲਵੇ ਆਮ ਲੋਕਾਂ ਨੂੰ ਨਹੀਂ ਪਤਾ ਅਸੀਂ ਜਿਹੜੇ ਪੱਤਰਕਾਰੀ ਖੇਤਰ ਵਿੱਚ ਆ ਸਾਨੂੰ ਤਾਂ ਪਤਾ ਕਿ ਹੈਗੇ ਨੇ ਜੀ ਇੱਥੇ ਬਹੁਤ ਸਾਰੇ ਹੋਰ ਜਿਹੇ ਖਾਤੇ ਐ ਜਿਨ੍ਹਾਂ ਦਾ ਲੋਕਾਂ ਨੂੰ ਪਤਾ ਹੀ ਨਹੀਂ ਹਾਂਜੀ ਹਮਾਚਲ ਪ੍ਰਦੇਸ਼ ਦੇ ਵਿੱਚ ਪੰਜਾਬ ਤੋਂ ਕੋਈ ਬੰਦਾ ਜਾ ਕੇ ਜ਼ਮੀਨ ਨਹੀਂ ਖਰੀਦ ਸਕਦਾ ਕੋਈ ਮਕਾਨ ਨਹੀਂ ਖਰੀਦ ਸਕਦਾ ਹੂੰ ਹੂੰ ਪਰ ਕਈਆਂ ਪੰਜਾਬੀਆਂ ਦੀਆਂ ਉੱਥੇ ਕੋਠੀਆਂ ਨੇ ਫਲੈਟ ਨੇ ਉਹਨਾਂ ਵਿੱਚੋਂ ਕਾਨੂੰਨੀ ਘਟਿਆ ਤੇ ਗੈਰ ਕਾਨੂੰਨੀ ਵਾਧਿਆ ਉੱਥੋਂ ਦੇ ਕਿਸੇ ਬੰਦੇ ਦੇ ਨਾਂ ਤੇ ਖਰੀਦ ਲੈ ਉਸ ਬੰਦੇ ਨੂੰ ਆਖਿਆ ਸਾਮ ਸੰਭਾਲ ਤੇ ਨੂੰ ਦੇ ਦੇਣੀ ਹੈ ਕਾਗਜ਼ਾਂ 'ਚ ਮਾਲਕ ਉਹ ਆ ਪਰ ਉਹਦੇ ਕੋਲੋਂ ਆਪਣੇ ਕੋਲ ਲੀਜ਼ ਲਖਾ ਲਈ ਜਾਂ ਉਹਦੇ ਕੋਲ ਕਰਜ਼ੇ ਦੇ ਤੌਰ ਤੇ ਏਡਾ ਵੱਡਾ ਬਾੰਡ ਲਖਾ ਲਿਆ ਕੋਈ ਸਾਰੀ ਉਮਰ ਦੇ ਦੇ ਨਹੀਂ ਸਕਦਾ ਜੀ ਕੋਠੀ ਉਹਦੇ ਨਾਂ ਤੇ ਹੋਵੇਗੀ ਪਰ ਮਾਲਕ ਅੰਮਰ ਸਰਦਾ ਹੋਵੇਗਾ ਤੇ ਉਹ ਗਾਇ ਨੂੰ ਵਿਚਾਰਾ ਆਂਡੇ ਭੁੰਨ ਕੇ ਅੱਗੇ ਰੱਖ ਦਿਆ ਕਰੇਗਾ ਹੂੰ ਹੂੰ ਦਿੱਲੀ ਵਿੱਚ ਬੈਠੇ ਬਹੁਤ ਸਾਰੇ ਅਫਸਰਾਂ ਨੇ ਬਹੁਤ ਸਾਰੇ ਲੀਡਰਾਂ ਨੇ ਬਹੁਤ ਸਾਰੇ ਕਾਰੋਬਾਰੀ ਲੋਕਾਂ ਨੇ ਗੋਆ ਚ ਜਾ ਕੇ ਜਿੱਥੇ ਹੋਰ ਥਾਵਾਂ ਤੋਂ ਆਇਆ ਬੰਦਾ ਨਹੀਂ ਖਰੀਦ ਸਕਦਾ ਉੱਥੇ ਵੱਡੇ ਵੱਡੇ 5 ਸਟਾਰ ਫਾਰਮ ਤੇ 5 ਸਟਾਰ ਹੋਟਲ ਖਰੀਦ ਲਿਆ ਉੱਥੇ ਕਾਗਜ਼ਾਂ ਦੇ ਮਾਲਕੀ ਉਸ ਬੰਦੇ ਦੀ ਜਿਹੜਾ ਬੈਠਾ ਹੂੰ ਹੂੰ ਪਰ ਅਸਲ ਮਾਲਕ ਦਿੱਲੀ 'ਚ ਬੈਠੇ ਆ ਜੀ ਇਦਾਂ ਦਾ ਕੰਮ ਕਈ ਥਾਵਾਂ ਤੇ ਆਉਂਦਾ ਹੈ ਉਤਰਾਖੰਡ ਚ ਵੀ ਬਾਹਰ ਦੇ ਲੋਕ ਜ਼ਮੀਨ ਨਹੀਂ ਲੈ ਸਕਦੇ ਪਰ ਲਈ ਹੈ ਜੋ ਉੱਥੋਂ ਵਾਲੇ ਦੇ ਨਾਂ ਤੇ ਲਈ ਇਹ ਕਹਿੰਦਾ ਮੈਂ ਇਸ ਗੱਲ ਨੂੰ ਨੱਥ ਪਾਉਂਗਾ ਪਾ ਦੇਵੇ ਲੋਕੀ ਖੁਸ਼ ਹੋਣਗੇ ਹਮ ਪਰ ਹੁੰਦਾ ਕੀ ਹੈ ਕਿ ਜਿਹੜੇ ਵੱਡੇ ਚੋਰ ਆ ਉਹਨਾਂ ਨੂੰ ਨੱਥ ਨਹੀਂ ਪੈ ਰਹੀ ਤੇ ਆਮ ਆਦਮੀ ਜਿਹੜਾ ਉਹ ਇਹਦੇ ਚ ਉਲਝਦਾ ਜਾ ਰਿਹਾ ਜੀ ਆ ਵੱਡੇ ਨੋਟਾਂ ਦੇ ਸਵਾਲ ਦੇ ਉੱਤੇ ਵੀ ਆਮ ਆਦਮੀ ਬੈਂਕਾਂ ਦੇ ਬਾਹਰ ਲਾਈਨਾਂ ਚ ਧੱਕੇ ਖਾ ਰਿਹਾ ਗੋਲੀ ਚੱਲ ਰਹੀ ਆ ਕੁਝ ਲੋਕਾਂ ਨੇ ਧੀਆਂ ਦੇ ਵਿਆਹ ਕੈਨਸਲ ਕੀਤੇ ਇਸ ਕਰਕੇ ਕਿ ਛੋਟੇ ਨੋਟ ਨਹੀਂ ਤੇ ਵੱਡੇ ਨੋਟ ਨਾ ਮੈਰਿਜ ਪੈਲਸ ਵਾਲੇ ਲੈਂਦੇ ਆ ਨਾ ਜਿੱਥੋਂ ਵਿਆਹ ਦਾ ਸਮਾਨ ਲੈਣਾ ਕੁੜੀ ਦੇ ਸ਼ਾਪਿੰਗ ਕਰਨੀ ਉਹ ਲੈਂਦੇ ਆ ਨਾ ਗਹਿਣੇ ਵਾ ਲੈ ਲੈਂਦੇ ਆ ਬਿਲਕੁਲ ਤੇ ਛੋਟੇ ਮਿਲ ਨਹੀਂਦੇ ਕੁਝ ਸਮਾਂ ਤੇ ਗੋਲੀ ਵੀ ਚੱਲ ਗਈ ਹੈ ਇਹਨੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਬਜਾਏ ਜੇ ਇਹ ਹੁਣ ਇਸ ਪਾਸੇ ਨੂੰ ਤੁਰ ਪਿਆ ਲੋਕ ਚਾਹਣਗੇ ਕਿ ਕੀ ਚੱਲਣਾ ਚਾਹੀਦਾ ਪਰ ਇਹੋ ਜਿਹਾ ਕੰਮ ਕਰਦਿਆਂ ਕਰਦਿਆਂ ਇਹ ਵੇਖਣਾ ਚਾਹੀਦਾ ਕਿ ਚੋਰ ਦਾ ਪਿੱਛਾ ਕਰਦਿਆਂ ਕਰਦਿਆਂ ਜੀ ਗੱਡੀ ਝੁੱਗੀਆਂ ਵਾਲਿਆਂ ਗਰੀਬਾਂ ਦੇ ਉੱਤੇ ਚੜਾ ਕੇ ਸਾਰੇ ਥੋੜਾ ਮਿੱਦਦੇ ਨੇ ਹੂੰ 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 ਇਹਦੀ ਗੱਡੀ ਐਸ ਵੇਲੇ ਚੋਰਾਂ ਦਾ ਪਿੱਛਾ ਕਰਦੀਆਂ ਚੋਰਾਂ ਤੱਕ ਪਹੁੰਚੇ ਜਾਂ ਨਾ ਪਹੁੰਚੇ ਹਾਲ ਦੀ ਘੜੀ ਗਰੀਬਾਂ ਨੂੰ ਮਿੱਦਰੀ ਜੀ ਆਮ ਲੋਕ ਕਾਫੀ ਪਰੇਸ਼ਾਨ ਨੇ ਇਸ ਬਾਰੇ ਥੋੜੀ ਚਰਚਾ ਅਸੀਂ ਹੋਰ ਵੀ ਕਰਾਂਗੇ ਪਰ ਪਹਿਲਾਂ ਵੇਲਾ ਇੱਕ ਬ੍ਰੇਕ ਦਾ ਉਹਦੀ ਹਾਜ਼ਰੇ ਜੱਜ ਦਾ ਵਿਚਾਰ ब्रेक ਤੋਂ ਬਾਅਦ ਤੁਹਾਡਾ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਤੇ ਸਾਡੇ ਨਾਲ ਮੌਜੂਦ ਨੇ ਜਤਨਦਰ ਪਨੋ ਜੀ ਪਨੋ ਸਾਹਿਬ ਨੋਟ ਬੰਦ ਕੀਤੇ ਜਾਣ ਤੋਂ ਬਾਅਦ ਲੋਕਾਂ ਵਿੱਚ ਖਾਸ ਕਰਕੇ ਬੈਂਕਾਂ ਦੇ ਅੱਗੇ ਏਟੀਐਮ ਦੇ ਅੱਗੇ ਕਾਫੀ ਬਦਮਨੀ ਦਾ ਮਾਹੌਲ ਹੈ ਲੋਕ ਆਪਸ ਵਿੱਚ ਲੜ ਰਹੇ ਨੇ ਭੜ ਰਹੇ ਨੇ ਇਸ ਸਮੱਸਿਆ ਦਾ ਹੁਣ ਕੀ ਹੱਲ ਕੀਤਾ ਜਾ ਸਕਦਾ ਹੈ ਇਸ ਸਮੱਸਿਆ ਅਸਲ ਵਿੱਚ ਏਡਾ ਵੱਡਾ ਕਦਮ ਚੁੱਕਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਤੇ ਉਹਦੀ ਟੀਮ ਨੂੰ ਵਿਚਾਰਨੀ ਚਾਹੀਦੀ ਸੀ ਜੀ ਜਦੋਂ ਅਸੀਂ ਲੋਕ ਕਹਿੰਨੇ ਤੇ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ ਹ ਹ ਆਮ ਤੌਰ ਤੇ ਸੰਵਿਧਾਨ ਦੇ ਵਿੱਚ ਹਰ ਨਾਗਰਿਕ ਬਰਾਬਰ ਹੈ ਪਰ ਕੁਝ ਫਰਕ ਪਾਉਣਾ ਪੈਂਦਾ ਇੱਕ ਨਾਗਰਿਕ ਇਹੋ ਜਿਹਾ ਆਉਂਦਾ ਜਿਹੜਾ ਬਿਮਾਰ ਹੈ ਉਹਨੂੰ ਹਸਪਤਾਲ ਤੋਂ ਲੈ ਕੇ ਆਉਂਦੇ ਨੇ ਉਹਨੂੰ ਪ੍ਰਾਇੋਰਟੀ ਦੇ ਉੱਤੇ ਬਾਕੀਆਂ ਤੋਂ ਪਹਿਲ ਦੇ ਉੱਤੇ ਉਹਦਾ ਕੰਮ ਕਰਨਾ ਪਏਗਾ ਜੀ ਸੀਨੀਅਰ ਸਿਟੀਜ਼ਨ ਅਸੀਂ 에어ਪੋਰਟਾਂ ਤੇ ਚੰਦੇ ਹ ਕਾਊਂਟਰ ਦੇ ਉੱਤੇ ਵੀ ਜਹਾਜ਼ ਦੇ ਵਿੱਚ ਬੋਰਡਿੰਗ ਵੇਲੇ ਵੀ ਉਹ ਪਹਿਲਾਂ ਕਹਿੰਦੇ ਬੱਚੇ ਵੱਡੀਆਂ ਔਰਤਾਂ 휠ਚੇਅਰ ਵਾਲੇ ਸੀਨੀਅਰ ਸਿਟੀਜ਼ਨ ਜਿਹੜੇ ਬਜ਼ੁਰਗ ਨੇ ਉਹ ਪਹਿਲਾਂ ਆ ਜਾਂ ਹਮ ਚੈਲੰਜ ਪਰਸਨ ਚੈਲੰਜ ਪਰਸਨ ਉਹ ਹੁੰਦੇ ਜਿਹੜੇ ਕਿਸੇ ਨਾ ਕਿਸੇ ਪੱਖੋਂ ਸਰੀਰ ਤੋਂ ਜਿਨ੍ਹਾਂ ਨੂੰ ਅੱਜ ਕੱਲ ਨਰਿੰਦਰ ਮੋਦੀ ਨੇ ਕਹਤਾ ਦਿਵਿਆਂਗ ਆਖੋ ਪਹਿਲਾਂ ਫਿਜ਼ੀਕਲੀ ਹੈਂਡੀਕੈਪਡ ਕਹਿੰਦੇ ਸੀ ਉਹ ਅੱਜ ਕੱਲ ਚੈਲੰਜ ਪਰਸਨ ਨੇ ਜੀ ਕੁਦਰਤ ਨੇ ਉਹਨਾਂ ਅੱਗੇ ਇੱਕ ਚੈਲੰਜ ਪੇਸ਼ ਕਰਤਾ ਉਹਨਾਂ ਦੀ ਹੈਲਪ ਕਰਨਾ ਸਾਡੀ ਸਮਾਜ ਦੀ ਜ਼ਿੰਮੇਵਾਰੀ ਹੈ ਹਮ ਹਮ ਸਪੈਸ਼ਲ ਪਰਸਨ ਨੇ ਜਿੰਨਾ ਚ ਕੋਈ ਨਾ ਕੋਈ ਸਮੱਸਿਆ ਹੁੰਦੀ ਆ ਮਾਨਸਿਕ ਤੌਰ ਤੇ ਵੀ ਉਹਨਾਂ ਨੂੰ ਪਹਿਲ ਦੇਣ ਚਿਰੇ ਜੀ ਲੇਡੀਜ਼ ਨੇ ਉਹਨਾਂ ਦੀ ਲਾਈਨ ਆਮ ਤੌਰ ਤੇ ਵੱਖਰੀ ਹੁੰਦੀ ਇੱਥੇ ਉਹਨਾਂ ਨੇ ਆਖਿਆ ਜੀ ਲੇਡੀਜ਼ ਹੋਣ ਜੈਂਟਸ ਹੋਣ ਬੁੱਢਾ ਹੋਵੇ ਛੋਟਾ ਹੋਵੇ ਸਾਰੇ ਇੱਕੋ ਲਾਈਨ ਚ ਹੂੰ ਹੂੰ ਇਡੀ ਬੁਡੀ ਲਾਈਨ ਵੇਖ ਕੇ ਕਈਆਂ ਨੂੰ ਗੱਛ ਪੈ ਜਾਂਦੀ ਕੁਝ ਥਾਵਾਂ ਤੇ ਤਿੰਨ ਚਾਰ ਥਾਵਾਂ ਤੇ ਲਾਈਨ ਚ ਖੜੇ ਲੋਕ ਵੀ ਮਰੇ ਤਿੰਨ ਚਾਰ ਥਾਵਾਂ ਤੇ ਲੋਕ ਆਪੋ ਚਹਤੋ ਪਾਈ ਹੋਏ ਇੱਕ ਥਾਂ ਦੇ ਉੱਤੇ ਹੱਥੋਂ ਪਾਈ ਤੇ ਵੀ ਜਿਹੜਾ ਮਰਿਆ ਕਈਆਂ ਥਾਵਾਂ ਤੇ ਪੁਲਿਸ ਨੂੰ ਡੱਟ ਚਾਰਜ ਕਰਨਾ ਪਿਆ ਜੀ ਅਗੋ ਬੈਂਕਾਂ ਵਾਲੇ ਜਿਹੜੇ ਆ ਖਾਸ ਤੌਰ ਤੇ ਸਰਕਾਰੀ ਬੈਂਕਾਂ ਚ ਪ੍ਰਾਈਵੇਟ ਬਣਾ ਨੇ ਕਰਤਾ ਕਿ ਜਿੱਥੇ ਵੀ ਉਹਨਾਂ ਦੇ ਕੋਲ ਇਹੋ ਜਿਹਾ ਕੋਈ ਰਸ਼ਪਿੰਦਾ ਵੇਖਿਆ ਉਹਨਾਂ ਬਾਕੀ ਸਾਰੇ ਸਟਾਫ ਨੂੰ ਅੱਖਾ ਜੀ ਤੁਸੀਂ ਇਦਾਂ ਕਰੋ ਅੱਜ ਕਰਜ਼ੇ ਦੇ ਕੇਸ ਪੁਰਾਣੀਆਂ ਫਾਈਲਾਂ ਖਾਤਾ ਸਾਰਾ ਫੋਲ ਦਾ ਕੰਮ ਛੱਡ ਦਿਓ ਅੱਜ ਸਿਰਫ ਪਬਲਿਕ ਡੀਲਿੰਗ ਦੇ ਤੇ ਸਾਰਾ ਸਟਾਫ ਹੋ ਜਾ ਸਰਕਾਰੀ ਬੈਂਕਾਂ ਦੇ ਵਿੱਚ ਜਿਹੜਾ ਫੀਲਡ ਅਫਸਰ ਉਹ ਕਹਿੰਦਾ ਜੀ ਮੇਰਾ ਤਾਂ ਫੀਲਡ ਦਾ ਕੰਮ ਹੈ ਮੈਂ ਨਹੀਂ ਕੈਸ ਤੇ ਬਿੰਦਾ ਉਹ ਨਹੀਂ ਬੈਠੇ ਸਿਰਫ ਕੈਸ਼ੀਅਰ ਹੀ ਕਾਸਤੇ ਬਿਠੇ ਨੇ ਜੀ ਉਹ ਕਿੰਨੇ ਲੋਕਾਂ ਨੂੰ ਭਗਤੋਂਗੇ ਲੈ ਇਹਨਾਂ ਦੇ ਪਹਿਲਾਂ ਨਹੀਂ ਭਗਤਦੀਆਂ ਹਰ ਬੈਂਕ ਚ ਲਾਈਨਾਂ ਹੁੰਦੀਆਂ ਨੇ ਉਹਦੇ ਨਾਲ ਵੀ ਸਮੱਸਿਆ ਆ ਰਹੀ ਹੈ ਇੱਕ ਸਮੱਸਿਆ ਕਰੰਸੀ ਦੀ ਆ ਰਹੀ ਹੈ ਇਹ ਕਹਿੰਦੇ ਸੀ ਸਭ ਥਾਵਾਂ ਤੇ ਪਹੁੰਚਾਤੀ ਗਈ ਹੂੰ ਨਹੀਂ ਪਹੁੰਚੀ ਜੀ ਪਹਿਲੇ ਦਿਨ ਤੇ ਅੱਧੇ ਦਿਨ ਤੱਕ ਬੈਂਕਾਂ ਨੂੰ ਪਹੁੰਚੀ ਨਹੀਂ ਜਦੋਂ ਪਹੁੰਚੀ ਤੇ ਮੁੱਕ ਗਈ ਰਾਤੋ ਰਾਤ ਹੋਰ ਲਿਆਂਦੀ ਗਈ ਤੇ ਅਗਲੇ ਦਿਨ ਫੇਰ ਘਟ ਸੀ ਬਾਹਰ ਲਾਈਨਾਂ ਵੱਡੀਆਂ ਆ ਜਲੰਧਰ ਦੇ ਵਿੱਚ ਹੀ ਭਾਰਤ ਦਾ ਸਭ ਤੋਂ ਵੱਡਾ ਬੈਂਕ ਤੇ ਰਿజర్ਵ ਬੈਂਕ ਜਿਹੜਾ ਨੋਟ ਛਾਪਦਾ ਤੇ ਬਾਕੀ ਬੈਂਕਾਂ ਚੋ ਸਭ ਤੋਂ ਵੱਡਾ ਸਟੇਟ ਬੈਂਕ ਆਫ ਇੰਡੀਆ ਹੂੰ ਹੂੰ ਸਟੇਟ ਬੈਂਕ ਆਫ ਇੰਡੀਆ ਦੀ ਚੈਸਟ ਵਿੱਚ ਕਰੰਸੀ ਨੋਟ ਮੁੱਕ ਗਏ ਤੇ ਉਹਨਾਂ ਨੇ ਲੋਕਾਂ ਨੂੰ ਆਖਿਆ ਜੀ ਕਰੰਸੀ ਨੋਟ ਮੁੱਕ ਗਏ 10-10 ਰੁਪਏ ਵਾਲੇ ਸਿੱਕੇ ਆ ਇਹ ਲੈ ਲਓ ਹੁਣ 10 ਰੁਪਏ ਸਿੱਕੇ ਜਿਹਨੇ 10000 ਰੁਪਏ ਆਪਣੇ ਕੈਸ਼ ਕਢੋਣਾ ਉੱਥੋਂ ਐਕਸਚੇਂਜ ਕਰਾਉਣਾ ਹੋਵੇ ਤੇ 4000 ਸਿੱਕੇ ਪੁਰਾਣਿਆਂ ਥਾਂ ਨਵੇਂ ਲੈਣੇ ਜੀ ਪਰ ਜਿਹਨੇ ਆਪਣੇ ਅਕਾਊਂਟ ਚੋਂ ਕਢੋਣਾ ਉਹ 10000 ਤੱਕ ਕਢਾ ਸਕਦਾ ਉਹਨੂੰ 10000 ਕਢਾਉਣ ਵਾਸਤੇ 10-10 ਰੁਪਏ ਵਾਲੇ 1000 ਸਿੱਕੇ ਪਹਿਲਾਂ ਗਿਣਨੇ ਪੈਣਗੇ ਤੇ ਫਿਰ ਇੱਕ ਵੱਡਾ ਬੈਗ ਲਿਆ ਕੇ ਉੱਚ ਪਾ ਕੇ ਲੈ ਜਾਣੇ ਪਣਗੇ ਜੀ ਇਹ ਕੰਮ ਚੱਲ ਪਿਆ ਕੁਝ ਸਮਾਂ ਤੇ ਲੋਕਾਂ ਨੇ ਵਿਆਹ ਸ਼ਾਦੀਆਂ ਜਿਹੜੇ ਉਹ ਕੈਨਸਲ ਕੀਤੇ ਕਿ ਸਾਰੇ ਪ੍ਰਬੰਧ ਨਹੀਂ ਹੋ ਰਹੇ ਕੁਝ ਲੋਕਾਂ ਨੇ ਨਵੀਆਂ ਨਵੇਂ ਰਾ ਕਢ ਲਏ ਸਰ ਸੋ ਤਾਂ ਕਿ ਦਿਨ ਵਿੱਚ ਲੋਕ ਲਾਈਨਾਂ 'ਚ ਲੱਗੇ ਰਹਿੰਦੇ ਆ ਸਾਰੀ ਰਾਤ ਵੀ ਘੁੰਮਦੇ ਰਹਿੰਦੇ ਆ ਰਾਤ ਵੀ ਘੁੰਮਦੇ ਨੇ ਜਿਹੜੀ ਲਾਈਨ 'ਚ ਜਾ ਕੇ ਪੁੱਛੋ ਲੋਕ ਕਹਿੰਦੇ ਆ ਜੀ ਅਸੀਂ ਤਾਂ ਸੂਰਜ 4 ਵਜੇ ਦੇ ਆ ਕੇ ਲਾਈਨ 'ਚ ਲੱਗੇ ਅੱਜ ਵਾਰੀ ਨਹੀਂ ਆਏ ਜੀ ਜੀ ਪਰ ਜਲੰਧਰ ਦੇ ਵਿੱਚ ਹੀ ਇੱਕ ਇਹ ਵੀ ਰਿਪੋਰਟ ਆਈ ਕਿ ਇੱਕ ਕਾਰਖਾਨੇ ਦਾ ਹੈ ਉਹ ਕੋਲ 60 ਬੰਦੇ ਕੰਮ ਕਰਦੇ ਕਿਸੇ ਦੀ ਤਨਖਾਹ 12000 ਕਿਸੇ ਦੀ 8000 ਜੇ ਐਵਰੇਜ 10000 ਹੋਵੇ ਤੇ 6 ਲੱਖ ਰੁਪਏ ਬਣ ਗਿਆ ਮਹੀਨੇ ਦਾ ਉਹਨੇ ਆਪਣੇ ਸਟਾਫ ਨੂੰ ਤਿੰਨ-ਤਿੰਨ ਮਹੀਨੇ ਤਨਖਾਹ ਦੇ ਦਿੱਤੀ ਆ ਲੈ ਜੋ 18 ਲੱਖ ਰੁਪਏ ਇੱਕੋ ਦਰ ਉਹਨੇ ਵਟਾ ਲਿਆ ਜਾ ਕੇ ਤੁਸੀਂ ਬੈਂਕਾਂ ਚ ਵਟਾਉਂਦੇ ਰਹੋ ਉਹ ਵੀ ਇਹ ਕੰਮ ਕਰ ਗਏ ਨੇ ਜਿਨ੍ਹਾਂ ਨੇ ਇਹੋ ਜਿਹਾ ਕੰਮ ਕਰਨਾ ਉਹਨਾਂ ਚ ਇੱਕ ਇਹੋ ਜਿਹਾ ਪਰਿਵਾਰ ਵੀ ਹੈ ਕਿ ਉਹਨਾਂ ਨੇ ਵਿਆਹ ਰੱਖਿਆ ਸੀ ਕਾਰਡ ਵੰਡੇ ਸੀ ਬਾਅਦ ਚ ਨਵੇਂ ਕਾਰਡ ਭੇਜ ਦਿੱਤੇ ਸਾਰਿਆਂ ਨੂੰ ਉਹਨਾਂ ਤੇ ਲਿਖਤਾ ਕਿ ਤੁਹਾਡੇ ਸਗਨ ਨਾਲੋਂ ਜ਼ਿਆਦਾ ਤੁਹਾਡੀ ਹਾਜ਼ਰੀ ਜ਼ਰੂਰੀ ਹੈ ਤੁਸੀਂ ਪੁਰਾਣੇ ਨੋਟ ਲੈ ਕੇ ਨਾ ਆਇਓ ਬਿਨਾਂ ਸਗਨ ਤੋਂ ਵੀ ਆ ਜਾਓਗੇ ਸਾਨੂੰ ਖੁਸ਼ੀ ਹੋਵੇਗੀ ਉਂਝ ਤੁਹਾਡੀ ਜਾਣਕਾਰੀ ਇਹ ਜੇ ਤੁਸੀਂ ਪਉਣਾ ਹੀ ਜਾਓ ਤੇ ਕ੍ਰੈਡਿਟ ਕਾਰਡ ਦੀ ਸਵਾਈਪਿੰਗ ਮਸ਼ੀਨ ਅਸੀਂ ਉੱਥੇ ਰੱਖੀ ਹੋਵੇਗੀ ਤੁਸੀਂ ਉਹਦੇ ਤੇ ਪਾ ਦਿਓ ਅੱਛਾ ਜੀ ਨਾਲੇ ਕਹਿਤਾ ਸਾਨੂੰ ਸਗਨ ਦੀ ਲੋੜ ਨਹੀਂ ਨਾਲੇ ਕ੍ਰੈਡਿਟ ਕਾਰਡ ਦੀ ਸਵਾਈਪਿੰਗ ਮਸ਼ੀਨ ਰੱਖੀ ਆ ਤੁਸੀਂ ਉਹਦੇ ਚ ਪਾ ਦਿਓ ਸਾਡੇ ਅਕਾਊਂਟ ਚ ਪੈ ਜਾਏਗਾ ਇਹ ਵੀ ਕੰਮ ਕਰ ਲੈ ਕਰਨ ਵਾਲਾ ਇਹਦੇ باوجود ਦੋ ਚੈਨਲਾਂ ਦੇ ਖਾਦ ਤੱਕ ਦਿੱਲੀ ਦੇ ਕਨਾਟ ਪਲੇਸ ਵਿੱਚ ਵੀ ਤੇ ਮੁੰਬਈ ਵਿੱਚ ਵੀ ਚੋਰ ਜਿਹੜੇ ਆ ਉਹ ਲੋਕਾਂ ਦੇ ਨੋਟ 500 ਰੁਪਏ ਵਾਲਾ ਨੋਟਸ ਵੀ 300 ਵਿੱਚ ਵੀ ਵਟਾ ਰਹੇ ਨੇ 1000 ਵਾਲਾ 600 ਵਿੱਚ ਵੀ ਵਟਾ ਰਹੇ ਨੇ ਫੋਰਨ ਕਰੰਸੀ ਜਿਹੜੀ ਵਿਦੇਸ਼ੀ ਸਿੱਕਾ ਉਹ ਬਹੁਤ ਵਕਿਆ ਜੀ ਜਿਹੜਾ ਡਾਲਰ 70 ਰੁਪਏ ਦੇ ਨੇੜੇ ਤੇੜੇ ਹੁੰਦਾ ਥੋੜਾ ਥੱਲੇ ਹੁੰਦਾ ਉਹ 90 ਰੁਪਏ ਤੋਂ ਉੱਪਰ ਚਲਾ ਗਿਆ ਜੀ ਜੀ ਜਿਹੜਾ ਪਾਉਂਡ ਉਹ ਕਾਫੀ ਥੱਲੇ ਸੀ ਉਹ 125 ਤੋਂ ਲੈ ਕੇ 130 ਰੁਪਏ ਤੱਕ ਵਿਕਿਆ ਜੀ ਉਹਨਾਂ ਸਾਰਿਆਂ ਨੇ ਆਖਿਆ ਜੀ ਦੀ ਕੋਈ ਰਸੀਦ ਨਹੀਂ ਤੁਸੀਂ ਲਿਓ ਅਸੀਂ ਤੁਹਾਡਾ ਕਰ ਦਿੰਦੇ ਆ ਉਹਨਾਂ ਨੂੰ ਕੀ ਪਤਾ ਰਿਕਾਰਡਿੰਗ ਹੁੰਦੀ ਵਿਦੇਸ਼ੀ ਹਾਂ ਜੀ ਉਹਨਾਂ ਨੇ ਪੁੱਛਿਆ ਗਿਆ ਕਿ 30-30 ਲੱਖ ਰੁਪਏ ਸਾਡੇ ਕੋਲ ਪੈਣਾ ਤੇ ਜਿੰਨਾ ਮਰਜ਼ੀ ਲਿਓ ਲਿਓ ਵਟਾ ਦਿਨੇ ਸਾਡੇ ਕੋਲ ਬਥੇਰੇ ਪਏ ਉਹਨੂੰ ਕੋਈ ਨੇ ਪੁੱਛਿਆ ਜੀ 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 ਤੁਸੀਂ ਕੋਈ ਕਹਿਣ ਲੱਗੇ ਸੀ ਵਿਦੇਸ਼ੀ ਸੀ ਕਿ ਤੁਸੀਂ ਗੱਲ ਕਰ ਰਿਆ ਸੀ ਮੈਂ ਗੱਲ ਕਰੀ ਸੀ ਕਿ ਐਨ ਆਰ ਆਈ ਵੀ ਬਹੁਤ ਤੰਗ ਬੈਠੇ ਨੇ ਐਨ ਆਰ ਆਈ ਦੀ ਸਮੱਸਿਆ ਤਾਂ ਹੋਰ ਹੈ ਜੀ ਉਹਨਾਂ ਜੋ ਕੁਝ ਐਨਆਰਆਈ ਹੈ ਜਿਨ੍ਹਾਂ ਨੇ ਪਿਛਲੇ ਸਾਲ ਇੱਥੇ ਜ਼ਮੀਨ ਵੇਚੀ ਮਕਾਨ ਵੇਚਿਆ ਜਾਂ ਜ਼ਮੀਨ ਦਾ ਠੇਕਾ ਲਿਆ ਹਾਂਜੀ ਉਹ ਬੈਂਕ ਦੇ ਵਿੱਚ ਲਾਕਰ ਚ ਪੈਸੇ ਰੱਖ ਗਏ ਹੁਣ ਉਹਨਾਂ ਨੂੰ ਆ ਕੇ ਲਾਕਰ ਚੋਂ ਕੱਢ ਕੇ ਐਕਸਚੇਂਜ ਕਰਾਉਣੇ ਪੈਣਗੇ ਬਿਲਕੁਲ ਸੌਸ ਵਾਲਾਂ ਦੇ ਜਵਾਬ ਦੇਣੇ ਪੈਣਗੇ ਹੂੰ ਕੁਝ ਇਹੋ ਜਿਹਾ ਜਿਨ੍ਹਾਂ ਨੂੰ ਇਹ ਪਤਾ ਨਹੀਂ ਸੀ ਲਿਜਾ ਸਕਦੇ ਕਿਹਨੇ ਲਿਜਾ ਸਕਦੇ ਕਰੰਸੀ ਉੱਥੇ ਵੱਧ ਨਾਲ ਲੈ ਗਏ ਨੇ ਉਹਦਾ ਕੀ ਕਰਨ ਹੂੰ ਹੂੰ ਉਹ ਇੱਥੇ ਤੇ ਉਹਦੇ ਰਸਤੇ ਲੱਭਨੇ ਪੈਣਗੇ ਪਰ ਬਹੁਤ ਸਾਰੇ ਐਨਆਰਆਈ ਉਹ ਹੈ ਜਿਨ੍ਹਾਂ ਦੇ ਕੋਲ ਲੀਗਲ ਕਰੰਸੀ ਹੈ ਜੀ ਸਾਡਾ ਕਾਨੂੰਨ ਇਹ ਕਹਿੰਦਾ ਕਿ ਕੋਈ ਬੰਦਾ ਬਾਹਰ ਜਾ ਰਿਹਾ ਆਪਣੇ ਨਾਲ 2000 ਰੁਪਏ ਇੰਡੀਅਨ ਜਿਹੜੇ ਆ ਉਹ ਲਿਜਾ ਸਕਦਾ ਹੂੰ ਹੂੰ ਜੇ ਕੋਈ ਬੰਦਾ ਪਿਛਲੇ ਸਾਲ ਵੀ ਗਿਆ ਸੀ ਇਸ ਵਾਰੀ ਵੀ ਗਿਆ 4000 ਰੁਪਏ ਲੈ ਗਿਆ ਉਹਦੇ ਘਰ ਦੇ ਸ਼ੇ ਜੀ ਨੇ ਇੱਕ ਵਾਰ ਪਿਛਲੇ ਸਾਲ ਆਏ ਸੀ ਇੱਕ ਤੇ ਇਸ ਵਾਰੀ ਚਲੇ ਗਏ ਹਾਂਜੀ 24-25000 ਰੁਪਏ ਹੋ ਗਿਆ ਉਹ ਪੈਸੇ ਜਾਂ ਤਾਂ ਹੁਣ ਕੂੜਾ ਬਣ ਜਾਣਗੇ ਹੂੰ ਜਾਂ ਮਟਾਏ ਜਾਣ ਜਿਨ੍ਹਾਂ ਦੇਸ਼ਾਂ ਵਿੱਚ ਭਾਰਤ ਦੀਆਂ ਬੈਂਕਾਂ ਦੀਆਂ ਬ੍ਰਾਂਚਾਂ ਹੈਗੀਆਂ ਉਹਨਾਂ ਨੂੰ ਚਾਹੀਦਾ ਕਿ ਜੇ ਇੰਡੀਆ ਦੇ ਵਿੱਚੋਂ ਕਨਵਰਟ ਕਰ ਰਹੇ ਨੇ ਉੱਥੇ ਵੀ ਐਕਸਚੇਂਜ ਕਰ ਦੇਣ ਉਹਦੇ ਬਦਲੇ ਭਾਵੇਂ ਉੱਥੋਂ ਵਾਲੇ ਡਾਲਰ ਤੇ ਪੌਂਡ ਦੇ ਦੇਣ ਜੀ ਨਹੀਂ ਦੇਣੇ ਤੇ ਇੰਡੀਅਨ ਰੁਪਈਏ ਦੇ ਦੇਣ ਪਰ ਨਵੇਂ ਦੇ ਦੇਣ ਉਹ ਬੈਂਕਾਂ ਕਹਿੰਦੀ ਅਸੀਂ ਤਾਂ ਨਹੀਂ ਕਰਨਾ ਇਹ ਤਾਂ ਇੰਡੀਆ 'ਚ ਹੂੰ ਜਦੋਂ ਇੰਡੀਆ ਦੀਆਂ ਬ੍ਰਾਂਚਾਂ ਉੱਥੇ ਨੇ ਤੇ ਫਿਰ ਇੰਡੀਆ 'ਚ ਕਹਦਾ ਇੰਡੀਆ ਬਾਹਰ ਉਹਨਾਂ ਨੂੰ ਉਹ ਕਰਨਾ ਚਾਹੀਦਾ ਉਹ ਕਰ ਨਹੀਂ ਰਹੇ ਇਸ ਸਬੰਧ ਦੇ ਵਿੱਚ ਹੁਣੇ-ਹੁਣੇ ਦੇ ਸਰਦਕੋ ਖਬਰ ਪਹੁੰਚੀ ਉਹ ਇਹ ਕਿ ਬ੍ਰਿਟਨ ਦੇ ਵਿੱਚੋਂ ਪੰਜਾਬੀ ਔਰੀਜਿਨ ਦੇ ਪਾਰਲੀਮੈਂਟ ਮੈਂਬਰ ਆ ਸ਼ਾਇਦ ਤੀਸਰੀ ਜਾਂ ਚੌਥੀ ਵਾਰ ਹੋ ਜਿੱਤੇ ਨੇ ਬਰਿੰਦਰ ਸ਼ਰਮਾ ਅੱਛਾ ਜੀ ਉਹਨੇ ਭਾਰਤ ਸਰਕਾਰ ਨੂੰ ਆਖਿਆ ਕਿ ਆਪਣੀਆਂ ਬੈਂਕਾਂ ਨੂੰ ਕਹੋ ਕਿ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਉਹਨਾਂ ਦੇ ਪੈਸੇ ਕਨਵਰਟ ਕਰਨ ਜੀ ਮੈਂ ਉਹਦੇ ਤੋਂ ਵੀ ਅਗਲੀ ਗੱਲ ਕਹਿੰਦਾ ਕਿ ਜਿੱਥੇ ਬੈਂਕਾਂ ਨਹੀਂ ਕਈ ਦੇਸ਼ ਇਹੋ ਜਿਹੇ ਅਜਿਨ੍ਹਾਂ 'ਚ ਭਾਰਤ ਦੀ ਕੋਈ ਬੈਂਕ ਨਹੀਂ ਉੱਥੇ ਵੀਜ਼ਾ ਫੀਸ ਲੈਣ ਵਾਸਤੇ ਸਾਡੇ ਹਾਈ ਕਮਿਸ਼ਨਾਂ ਚ ਤੇ ਕੌਂਸੂਲੇਟ ਦੇ ਵਿੱਚ ਤੇ ਐਮਬੈਸੀ ਚ ਕਾਊਂਟਰ ਖੁੱਲੇ ਹਨ ਵੀਜ਼ਾ ਫੀਸ ਲੈਂਦੇ ਜਿਹੜੇ ਉਹ ਕਾਊਂਟਰ ਖੁੱਲੇ ਹਨ ਹੂੰ ਹੂੰ ਉਹਨਾਂ ਕਾਊਂਟਰਾਂ ਦੇ ਉੱਤੇ ਜਿਹੜੇ ਸਾਡੇ ਐਨ ਆਰ ਆਈ ਹੈ ਇਹਨਾਂ ਦੇ ਪੈਸੇ ਲੈ ਕੇ ਸਿਰਫ ਇਹ ਵੇਖਿਆ ਜਾਵੇ ਕਿ ਨਜਾਇਜ਼ ਤਾਂ ਨਹੀਂ ਜੇ ਕਿਸੇ ਕੋਲ ਉੱਥੇ 5-7 ਲੱਖ ਪਿਆ ਤਾਂ ਨਜਾਇਜ਼ ਹਾਂਜੀ ਪਰ ਜਿਹੜੇ ਜਾਇਜ਼ ਪਿਆ ਉਹ ਜਾਇਜ਼ ਪੈਸੇ ਉੱਥੇ ਕੌਂਸੂਲੇਟ ਦੇ ਵਿੱਚ ਹਾਈ ਕਮਿਸ਼ਨ ਦੇ ਵਿੱਚ ਐਮਬੈਸੀ ਚ ਬਦਲੇ ਜਾਣੇ ਚਾਹੀਦੇ ਬਿਲਕੁਲ ਐਕਸਚੇਂਜ ਕਿਤੇ ਜਾਣੇ ਚਾਹੀਦੇ ਜੀ ਇਸ ਕਮੇਟੀ ਜੇ ਉਥੋਂ ਦੇ ਹਾਈ ਕਮਿਸ਼ਨ ਕੌਂਸੂਲੇਟ ਤੇ ਐਮਬੈਸੀਆਂ ਕੋਆਪਰੇਟ ਨਹੀਂ ਕਰਦੀਆਂ ਜਾਂ ਭਾਰਤ ਸਰਕਾਰ ਦੇ ਦਾ ਧਿਆਨ ਨਹੀਂ ਦਿੰਦੀ ਤੇ ਜਿਹੜੀਆਂ ਉੱਥੇ ਐਨ ਆਰ ਆਈ ਸੁਭਾਵਾਂ ਬਣੀਆਂ ਨੇ ਐਨ ਆਰ ਆਈ ਜਥੇਬੰਦੀਆਂ ਬਣੀਆਂ ਨੇ ਉਹਨਾਂ ਸਾਰਿਆਂ ਨੂੰ ਪਹੁੰਚ ਕਰਨੀ ਚਾਹੀਦੀ ਹੈ ਆ ਜਿਹੜੀ ਜਲੰਧਰ ਚ ਪੰਜਾਬ ਪੱਧਰ ਦੀ ਸਾਡੀ ਐਨ ਆਰ ਆਈ ਸਭਾ ਬਣੀ ਹੈ ਜੀ ਇਹ ਉਦਾਂ ਤਾਂ ਜਦੋਂ ਉੱਠਦੇ ਆ ਪੰਜਾਬ ਸਰਕਾਰ ਨੂੰ ਕਹਿੰਦੇ ਜੀ ਐਨ ਆਰ ਆਈ ਸਭਾ ਦੇ ਚੇਅਰਮੈਨ ਨੂੰ ਮੰਤਰੀ ਦਾ ਦਰਜਾ ਦੇ ਦਿਓ ਹੂੰ 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 ਸਾਡੀ ਗੱਡੀ ਤੇ ਲਾਲ ਬੱਤੀ ਚਾਹੀਦੀ ਹੈ ਲਾਲ ਬੱਤੀ ਹੋਵੇ ਕੁਛ ਹੋਵੇ ਉਹ ਪੰਜਾਬੀ ਦਾ ਮੁਹਾਵਰਾ ਹੁੰਦਾ ਸੀ ਸਾਨੂੰ ਕਹਦਾ ਚਾਹ ਜੇਠ ਦੀ ਮੋਟਰ ਦਾ ਇਹਨਾਂ ਦੀ ਲਾਲ ਬੱਤੀ ਦਾ ਬਾਹਰ ਵਿਦੇਸ਼ ਵਿੱਚ ਬੈਠੇ ਹੋਏ ਐਨ ਆਰ ਆਈ ਨੂੰ ਕੀ ਫਾਇਦਾ ਹਾਂਜੀ ਜੇ ਉਹਨਾਂ ਦੀ ਲੋੜ ਦੇ ਮੌਕੇ ਦੇ ਉੱਤੇ ਇਹਨਾਂ ਨੇ ਉਹਨਾਂ ਦੀ ਮਦਦ ਨਹੀਂ ਕਰਨੀ ਜੀ ਇਸ ਸਬੰਧ ਦੇ ਵਿੱਚ ਐਨ ਆਰ ਆਈ ਸਭਾ ਨੂੰ ਬਾਕੀ ਸਾਰੀਆਂ ਜਥੇਬੰਦੀਆਂ ਨੂੰ ਇਹਨਾਂ ਨੂੰ ਵੀ ਔਰ ਉੱਥੋਂ ਦੀਆਂ ਜਿਹੜੀਆਂ ਸਿੰਘ ਸੁਭਾਵਾਂ ਮੰਦਿਰ ਕਮੇਟੀਆਂ ਉਹਨਾਂ ਸਾਰਿਆਂ ਨੂੰ ਪਹੁੰਚ ਕਰਨੀ ਚਾਹੀਦੀ ਹੈ ਇਸ ਮਾਮਲੇ ਵਿੱਚ ਸਰਕਾਰ ਤੱਕ ਵੀ ਪਹੁੰਚ ਕਰਨੀ ਚਾਹੀਦੀ ਹੈ ਤੇ ਭਾਰਤ ਸਰਕਾਰ ਦੇ ਵਿਦੇਸ਼ ਮੰਬੂ ਨੂੰ ਵੀ ਇਹਦੇ ਵਿੱਚ ਜੋ ਕੁਝ ਲੋੜਿੰਦਾ ਉਹ ਕਰਨਾ ਚਾਹੀਦਾ ਔਰ ਸਭ ਤੋਂ ਵੱਡੀ ਗੱਲ ਇਹ ਕਿ ਆਮ ਆਦਮੀ ਭਾਵੇਂ ਦੇਸ਼ ਵਿੱਚ ਬਿਠਾ ਹੋਵੇ ਭਾਵੇਂ ਵਿਦੇਸ਼ ਵਿੱਚ ਬਿਠਾ ਹੋਵੇ ਉਹਦੀਆਂ ਮੁਸ਼ਕਲਾਂ ਦੂਰ ਹੋਣੀਆਂ ਚਾਹੀਦੀਆਂ ਇਹ ਕੋਈ ਤਰੀਕਾ ਨਹੀਂ ਕਿ ਉਹਦੇ ਬੱਚਿਆਂ ਦੀ ਫੀਸ ਕੋਈ ਨਹੀਂ ਜੀ 2 ਦਿਨ ਦੀ ਮੁਸ਼ਕਲ ਆ ਤੁਹਾਡੀ 2 ਦਿਨ ਦੀ ਮੁਸ਼ਕਲ ਆ ਉਹਦੇ ਬੱਚਿਆਂ ਦਾ ਨਾਂ ਕੱਟਿਆ ਗਿਆ ਅਗਲੀ ਵਾਰੀ ਉਸ ਫੀਸ ਦੇ ਨਾਲ ਜਿਹੜਾ ਉਹਨੂੰ ਜੁਰਮਾਨਾ ਪੜਨਾ ਪਣਾ ਤੁਹਾਡੀ ਤੇ 2 ਦਿਨ ਦੀ ਮੁਸ਼ਕਲ ਉਹਦਾ ਰਗੜਿਆ ਗਿਆ ਜੀ ਕਿਸੇ ਨੇ ਕਿਸੇ ਸਾਥ ਤੇ ਜਾਣਾ ਟਿਕਟਾਂ ਬੁੱਕ ਕਰਾਉਣੀਆਂ ਏਅਰਲਾਈਨ ਵੀ ਤੇ ਰੇਲਵੇ ਬੜੇ ਵੀ ਉਹ ਵੱਡੇ ਨੋਟ ਲੈ ਨਹੀਂ ਰਹੇ। ਛੋਟੇ ਉਹਨਾਂ ਕੋਲ ਹੈ ਨਹੀਂ। ਜੀ। ਰੇਲਵੇ ਨੂੰ ਕਹਿਤਾ ਕਿ ਤੁਸੀਂ ਵੱਡੇ ਨੋਟ ਪੁਰਾਣੇ ਲੈਣੇ ਆਂ ਪਰ ਰੇਲਵੇ ਕਹਿੰਦੀ ਸਾਡੇ ਕੋਲ ਚੇਂਜ ਨਹੀਂ ਇਸ ਕਰਕੇ ਅਸੀਂ ਬਕਾਇਆ ਨਹੀਂ ਦੇ ਸਕਦੇ। ਪਹਿਲਾਂ ਤੁਸੀਂ ਪੂਰੇ ਭਰ ਲਿਓ। ਕਿਦਾਂ ਕੀਤਾ ਜਾਵੇ? ਇਹਦੇ ਵਾਸਤੇ ਸਾਰਾ ਕੁਝ ਹੋਣਾ ਚਾਹੀਦਾ। ਉਹ ਕੰਮ ਸਾਰੇ ਸਰਕਾਰ ਨੇ ਅਜੇ ਤੱਕ ਨਹੀਂ ਕੀਤੇ। ਇਹਨਾਂ ਨੇ ਬਸ ਇੱਕ ਭਾਜੜੀ ਜੀ ਵਾਲਾ ਮਾਹੌਲ ਬਣਾ ਦਿੱਤਾ। ਉਸ ਭਾਜੜ ਦੇ ਮਾਹੌਲ ਵਿੱਚ ਬੈਂਕਾਂ ਦਾ ਸਟਾਫ ਵੀ ਘਬਰਾਇਆ ਪਿਆ। ਕਈ ਵਾਰੀ ਉੱਥੇ ਇੰਨੀ ਇੱਕ ਪਬਲਿਕ ਹੋ ਜਾਂਦੀ ਜਿਹੜੀ ਸੰਭਾਲੀ ਨਹੀਂ ਜਾਂਦੀ। ਪੁਲਿਸ ਆਉਂਦੀ ਆ ਲਾਠੀ ਚਾਰਜ ਬਾਹਰ ਹੁੰਦਾ ਉਹ ਅੰਦਰ ਬੈਠੇ ਘਬਰਾਏ ਜਾਂਦੇ ਆ ਕਿ ਜੇ ਇਹਨਾਂ ਨੇ ਭੰਨ ਤੋੜ ਕਰਤੀ ਦੋ ਤਿੰਨ ਥਾਵਾਂ ਤੇ ਭੰਨ ਤੋੜ ਹੋ ਵੀ ਗਈ ਆ ਜਿਸਨੇ ਬੈਂਕਾਂ ਨਹੀਂ ਖੁੱਲੀਆਂ ਜਾਂ ਜਦੋਂ ਸ਼ਾਮ ਨੂੰ ਬੈਂਕਾਂ ਬੰਦ ਹੋ ਜਾਂਦੀਆਂ ਨੇ ਏਟੀਐਮ ਮਸ਼ੀਨਾਂ ਦੇ ਉੱਤੇ ਲਾਈਨਾਂ ਵੀ ਜਿਹੜੀਆਂ ਨੇ ਦੋ ਦੋ ਤਿੰਨ ਤਰਸੂ ਮੀਟਰ ਤੱਕ ਜਾਂਦੀਆਂ ਨੇ ਲੰਮੀਆਂ ਗਲੀਆਂ ਦੇ ਵਿੱਚ ਵੀ ਨੇ ਉਹਦਾ ਸਾਰੇ ਦਾ ਪ੍ਰਬੰਧ ਹੋਣਾ ਚਾਹੀਦਾ ਇਹ ਜਿਹੜੇ ਅਨਾਰਕੀ ਆ ਜਿਹੜਾ ਭਾਜੜ ਦਾ ਗੜਬੜ ਦਾ ਮਾਹੌਲ ਆ ਇਹ ਖਤਮ ਹੋਣਾ ਚਾਹੀਦਾ ਜੀ ਅਬ ਬੈਂਕ ਕਰਮਚਾਰੀਆਂ ਨੂੰ ਵੀ ਛੁੱਟੀਆਂ ਨਹੀਂ ਮਿਲ ਰਹੀਆਂ ਵੀ ਬਹੁਤ ਪਰੇਸ਼ਾਨ ਨੇ ਪੂਰਾ ਦਿਨ ਕੰਮ ਕਰਦੇ ਨੇ ਸੋ ਕਾਫੀ ਮਾਹੌਲ ਮੁਸੀਬਤ ਵਾਲਾ ਬਣਿਆ ਹੋਇਆ ਹੈ ਖਬਰਾਂ ਕੁਝ ਹੋਰ ਵੀ ਨਹੀਂ ਚਰਚਾ ਕਰਾਂਗੇ ਪਰ ਇੱਕ ਬ੍ਰੇਕ ਤੋਂ ਬਾਅਦ ਖਬਰਾਂ ਦੇਸ ਬੁਲੇਟਿਨ ਵਿੱਚ ਮੈਂ ਹਾਂ ਚਮਨ ਕੁਮਾਰ ਅੱਜ ਦੇ ਪ੍ਰੋਗਰਾਮ ਮੁੱਦੇ ਗੱਡੇ ਰਹਿਣਗੇ ਵਿੱਚ पागलान ਲਈ ਮੇਰੇ ਨਾਲ ਨੇ ਸ਼੍ਰੀ ਪੰਗਾ ਜੇ ਇਹਨੇ ਸਾਲਾਂ ਚ ਟੀਵੀ ਸੈੱਟ ਬਦਲ ਸਕਦਾ ਤਾਂ ਟੀਵੀ ਪ੍ਰੋਗਰਾਮ ਕਿਉਂ ਨਹੀਂ ਹੁਣ ਪ੍ਰਾਈਮੇਸ਼ਾ ਟੀਵੀ ਲੈ ਕੇ ਆਇਆ ਹੈ ਉਹ ਚੇਂਜ ਮੈਂ ਹਾਂ ਜੁਗਰਾਜ ਦੀਪ ਸਿੰਘ ਖਬਰ ਕੋਈ ਵੀ ਹੋਵੇ ਅਸੀਂ ਦੰਨਿਆ ਨਿਰਪੱਖਤਾ ਨਾਲ ਕਿਉਂਕਿ ਅਸੀਂ ਰੱਖਦੇ ਹਾਂ ਹਰ ਖਬਰ ਤੇ ਬਾਜ਼ ਨਜ਼ਰ ਤੇ ਮੈਂ ਹਾਂ ਜਤਿੰਦਰ ਪੰਨੂ ਮੁੱਦੇ ਜਾਂ ਘਟਨਾਵਾਂ ਧਾਰਮਿਕ ਜਾਂ ਇਤਿਹਾਸਕ ਖੋਲਣ ਦਾ ਕੰਮ ਸਾਡਾ ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਮੈਂ ਹਾਂ ਹਰਮਨ ਸਿੰਘ ਤੇ ਤਵਾਜਿਵੇਂ ਅਸੀਂ ਲਾਉਨੇ ਆ ਕੋਈ ਨਹੀਂ ਲਾਉਂਦਾ ਮੈਂ ਪਿਰਤਪਾਲ ਸਿੰਘ ਸੋਹੀ ਮੈਂ ਲੈ ਕੇ ਆਵਾਂਗਾ ਖਬਰਾਂ ਤੇ ਤਸਵੀਰਾ ਲਾਈਟਸ ਕੈਮਰਾ ਐਕਸ਼ਨ ਐਂਟਰਟੇਨਮੈਂਟ ਬਿਓਨ ਧਰਮੇਸ਼ਨ ਮੈ ਰੂਕ ਕੋ ਲੈ ਕੇ ਆਵਾਂਗੀ ਗਲੈਮਰ ਦੀ ਦੁਨੀਆ ਦੇ ਰਾਜ਼ ਕਿਉਂਕਿ ਟੈਂਸ਼ਨਸ ਐਂਡ ਸਟ੍ਰੈਸ ਤੋਂ ਦੂਰ ਐਂਟਰਟੇਨਮੈਂਟ ਵੀਕ ਚਾਹੀਦੇ ਹਜ਼ੂਰ ਮੈਂ ਹਾਂ ਸਵਰਨ ਸਿੰਘ ਪਹਿਣਾ ਬਹੁਤ ਵਿਸ਼ਾਲ ਹੈ ਖਬਰਾਂ ਦਾ ਇਹ ਸੰਸਾਰ ਤੇ ਹਰ ਖਬਰ ਵਿਚਲੀ ਖਬਰ ਦੀ ਖਬਰ ਲੈਂਦੇ ਹਾਂ ਅਸੀਂ ਸੁਪਨ ਸੰਧੂ ਦੇ ਸੰਗ ਤੁਸੀਂ ਮਾਣੋਗੇ ਸਾਹਿਤ ਇਤਿਹਾਸ ਤੇ ਸੱਭਿਆਚਾਰ ਦੇ ਰੰਗ ਮੈਂ ਹਾਂ ਅਵਨੀਤ ਸਿੰਘ ਤੇਜਾ ਪ੍ਰਾਈਮ ਇਲੈਕਸ਼ਨ ਵਿੱਚ ਨੇਤਾਵਾਂ ਦੇ ਦਾਅਵੇ ਲਾਰਿਆਂ ਅਤੇ ਸਿਆਸੀ ਕੋਲ ਦੇ ਰੈਫਰੀ ਹਾਂ ਅਸੀਂ ਮੇਰਾ ਨਾਮ ਤੂਬਾ ਅੰਜਮ ਹਾਸ਼ਮੀ ਹਮ ਦੇਂਗੇ ਆਪਕੋ ਆਗਾਹੀ ਸਰਹੱਦ ਪਾਰ ਕੇ ਮਾਮਲਿਆਂ ਦੀ ਹਿੰਦੁਸਤਾਨ ਔਰ ਪਾਕਿਸਤਾਨ ਕੀ ਇਨ ਪ੍ਰਾਈਮ ਪਾਕਿਸਤਾਨ ਮੈਂ ਦਵਿੰਦਰ ਸਿੰਘ ਬੈਣੀਪਾਲ ਤੁਹਾਡੀ ਕਚਾਰੀ ਵਿੱਚ ਤੁਹਾਡੇ ਜਜ਼ਬਾਤਾਂ ਨੂੰ ਸਵਾਲ ਬਣਾ ਕੇ ਪੇਸ਼ ਕਰਦਾ ਆਪਣੇ ਮਹਿਮਾਨ ਆ ਕੇ ਅਸੀਂ ਦੇ ਨੇਹਾ ਤੁਹਾਡੇ ਜਜ਼ਬਾਤਾਂ ਨੂੰ ਆਵਾਜ਼ ਮਿਹਨਤ ਅਦਾਕਾਰਾਂ ਦੀ ਮਸ਼ਹੂਰੀ ਟੀਵੀ ਤੇ ਅਖਬਾਰਾਂ ਦੀ ਕਰੋਨਾ ਲਾ ਕੇ ਫਿਲਮ ਬਣੀ ਪਰ ਤੁਸੀਂ ਵੇਖ ਸਕਦੇ ਹੋ ਜੇ ਨਹੀਂ ਦੱਸਾਂਗੀ ਮੈਂ Kusum Prime Review ਵਿੱਚ ਮੈਂ ਸਪਨ ਮੰਚਨ ਦਾ ਖਬਰਾਂ ਦੀ ਵਧਾਵਾਂਗੇ ਰਫ਼ਤਾਰ ਫਿਲਮ ਇੰਡਸਟਰੀ ਦੀ ਵੀ ਲਾਵਾਂਗੇ ਸਾਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਹਰ ਫਨਕਾਰ ਚੰਗੀ ਦੀ ਹੋਵੇਗੀ ਪ੍ਰਸ਼ੰਸਾ

ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਹਾਂ ਤੁਸੀਂ ਦੇਖ ਰਹੇ ਹੋ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਡੂ ਪੁਨਸਵ ਅਮਰੀਕਾ ਦੇ ਰਾਸ਼ਟਰਪਤੀ ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਇਹ ਕਹਿ ਦਿੱਤਾ ਹੈ ਕਿ ਇਸ ਦੇਸ਼ ਵਿੱਚੋਂ 30 ਲੱਖ ਲੋਕ ਜਿਹੜੇ ਆ ਉਹ ਕੱਢ ਦਿੱਤੇ ਜਾਣਗੇ ਇਸ ਐਲਾਨ ਦਾ ਤੁਸੀਂ ਕੀ ਅਰਥ ਸਮਝਦੇ ਹੋ ਦੇਖੋ ਉਹਦਾ ਤਾਂ ਗੱਲਾਂ ਇਸ ਤਰ੍ਹਾਂ ਦੀਆਂ ਨੇ ਕਿ ਇਹ ਕਹਿੰਦਾ 30 ਲੱਖ ਲੋਕ ਕੱਢ ਦਿੱਤੇ ਜਾਣਗੇ ਜਿਨ੍ਹਾਂ ਨੇ ਇਹਦੀ ਕੈਂਪੇਨ ਚ ਲਾ ਕੇ ਇਹਨੂੰ ਰਾਸ਼ਟਰਪਤੀ ਬਣਾਇਆ ਉਹ ਕਦੇ 4 ਸਾਲ ਇਹਨੂੰ ਕੱਢਣ ਨਹੀਂ ਦੇਣੇ ਉਤੋਂ ਪਹਿਲਾਂ ਇਹਨੂੰ ਆਪ ਨੂੰ ਕੱਢ ਦਿੱਤਾ ਜਾਊਗਾ। ਅੱਛਾ ਜੀ। ਸਥਿਤੀਆਂ ਇਦਾਂ ਦੀਆਂ। ਜੀ। ਕਿਉਂਕਿ ਰਿਪਬਲਿਕਨ ਪਾਰਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਰਿਪਬਲਿਕਨ ਪਾਰਟੀ ਵਾਲਿਆਂ ਨੇ ਬਹੁਤ ਸੰਤਰੀ ਦੇ ਕੇ ਇਹਨੂੰ ਕੈਂਡੀਡੇਟ ਬਣਾਤਾ। ਹੂੰ ਹੂੰ। ਦੇਸ਼ ਦੇ ਲੋਕਾਂ ਦੀ ਬਹੁਤ ਸੰਤਰੀ ਇਹਨੂੰ ਮਿਲ ਗਈ ਰਾਸ਼ਟਰਪਤੀ ਬਣ ਕੇ। ਜੀ। ਪਰ ਰਿਪਬਲਿਕਨ ਪਾਰਟੀ ਦੀ ਲੀਡਰਸ਼ਿਪ ਜਿਹੜੀ ਹੈ ਉਹਦਾ ਇੱਕ ਬਹੁਤ ਵੱਡਾ ਹਿੱਸਾ ਦੇ ਖਿਲਾਫ। ਜੀ। ਕੱਲ ਨੂੰ ਉੱਥੋਂ ਦੀ ਕਾਂਗਰਸ ਦੇ ਵਿੱਚ 임ਪੀਚਮੈਂਟ ਮੋਸ਼ਨ ਲਿਆਂਦਾ ਜਾ ਸਕਦਾ ਜਿਹਨੂੰ ਦੋਸ਼ਾਂ ਵਿੱਚੋਂ ਵੀ ਮਹਾਦੋਸ਼ ਆਖਿਆ ਜਾਂਦਾ ਹੂੰ ਹੂੰ ਉਹਦਾ ਮਤਲਬ ਇਹ ਹੁੰਦਾ ਕਿ ਰਾਸ਼ਟਰਪਤੀ ਦੇ ਯੋਗ ਨਹੀਂ ਤੇ ਅਮਰੀਕਾ 'ਚ ਰਵਾਇਤ ਆ ਕਿ ਕਿਸੇ ਵੀ ਕਾਰਨ ਜੇ ਰਾਸ਼ਟਰਪਤੀ ਉੱਥੇ ਅਹੁਦੇ ਤੇ ਨਾ ਰਹੇ ਤੇ ਨਵੀਂ ਚੋਣ ਨਹੀਂ ਹੁੰਦੀ ਫਿਰ ਵਾਈਸ ਪ੍ਰੈਜ਼ੀਡੈਂਟ ਜਿਹੜਾ ਉਹਨੂੰ ਰਾਸ਼ਟਰਪਤੀ ਬਣਾ ਦਿੰਦੇ ਜੀ ਉਹ ਤਾਂ ਇਹੋ ਜਿਹੀਆਂ ਸਕੀਮਾਂ ਵਿੱਚ ਸੋਚਦੇ ਪਏ ਇਹ ਜਿਹੜੀਆਂ ਗੱਲਾਂ ਕਰਦਾ ਇਹ ਕਹਿੰਦਾ ਕਿ 30 ਲੱਖ ਲੋਕ ਆ ਜਿਹੜੇ ਨਜਾਇਜ਼ ਤਰੀਕੇ ਨਾਲ ਅਮਰੀਕਾ 'ਚ ਆਏ ਨੇ ਥਿੱਥੇ ਆ ਕੇ ਟਿਕ ਗਏ ਨੇ ਜੀ ਮੈਂ ਤਾਂ ਸਾਰਿਆਂ ਨੂੰ ਇੱਥੇ ਰਹਿਣ ਨਹੀਂ ਦੇਣਾ ਮੈਂ ਕੱਢ ਦਿਆਂਗਾ ਹਮਮ ਉਹ ਇਤੋਂ ਦੇ ਲੋਕਾਂ ਦੀਆਂ ਜਵਾਬਾਂ ਕੋਈ ਨੌਕਰੀਆਂ ਕੋਰ ਆ ਕਰਦੇ ਉਹ ਕਰਦੇ ਇਹ ਵੀ ਕਹਿੰਦਾ ਸਾਡੇ ਕਲਚਰ ਲਈ ਖਤਰਾ ਤੇਰਾ ਕੁਝ ਕਹਿ ਰਿਹਾ ਇਹਨੇ ਚਲਦੀ ਚੋਣ ਮਹੀਮ ਦੌਰਾਨ ਮੁਸਲਮਾਨਾਂ ਦੇ ਖਿਲਾਫ ਵੀ ਬਹੁਤ ਕੁਝ ਕਿਹਾ ਜੀ ਤੇ ਇਸਲਾਮੀ ਦੇਸ਼ਾਂ ਦੇ ਖਿਲਾਫ ਵੀ ਇਹਨੇ ਕਿਹਾ ਇਸਲਾਮੀ ਦੇਸ਼ਗਰਦੀ ਦਾ ਨਾਮ ਲੈ ਕੇ ਇਹਨੇ ਇਸ ਤਰ੍ਹਾਂ ਦਾ ਪ੍ਰਭਾਵ ਦੇਣ ਦਾ ਯਤਨ ਕੀਤਾ ਜਿਵੇਂ ਹਰ ਕੋਈ ਮੁਸਲਮਾਨ ਦੇਸ਼ਗਰਦ ਬਣ ਗਿਆ ਸਾਰੇ ਤਾਂ ਨਹੀਂ ਬਣ ਗਏ ਹਮਮ ਇਹਨੇ ਜਿਸ ਤਰ੍ਹਾਂ ਦੀ ਨਫਰਤ ਫੈਲਾਈ ਸੀ ਉਹਦੇ ਵਿੱਚੋਂ ਚੋਣੇ ਜਿੱਤ ਗਿਆ ਪਰ ਚੋਣ ਜਿੱਤ ਜਾਣ ਤੋਂ ਬਾਅਦ ਜਿਹੜਾ ਪਹਿਲਾ ਭਾਸ਼ਣ ਨੇ ਕੀਤਾ ਉਹਦੇ ਚ ਆਖਿਆ ਕਿ ਮੈਂ ਹੁਣ ਸਾਰੇ ਅਮਰੀਕੀ ਲੋਕਾਂ ਦਾ ਰਾਸ਼ਟਰਪਤੀ ਹਾਂ ਰਾਣੀ ਅਗਲਾ ਭੁੱਲ ਜਾ ਇਹ ਤਾਂ ਕਹਿੰਦਾ ਸੀ ਹਿਲਰੀ ਕਲਿੰਟਰ ਨੂੰ ਮੈਂ ਆ ਕੇ ਜਿੱਤ ਸੁਰਦਣਾ ਬਾਅਦ ਵਿੱਚ ਉਹਦੀਆਂ ਸਿਫਤਾਂ ਕੀਤੀਆਂ ਕਿ ਬਹੁਤ ਕਮਾਲ ਦੀ ਲੀਡਰ ਹੈ ਤੇ ਵੀ ਆਖਿਆ ਕਿ ਅਮਰੀਕਾ ਦੇ ਲੋਕਾਂ ਨੂੰ ਉਹਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਉਹਨੇ ਅਮਰੀਕਾ ਦੀ ਬਹੁਤ ਸੇਵਾ ਕੀਤੀ ਹੈ ਜੀ ਇਹ ਸੇਵਾ ਉਦੋਂ ਯਾਦ ਨਹੀਂ ਜਦੋਂ ਸਭ ਕੁਝ ਬੋਲਦਾ ਰਿਹਾ ਸੀ ਹਾਂਜੀ ਉਹਨੇ ਆਪਣੇ ਇੰਟਰਨੈਟ ਦੇ ਉੱਤੇ ਜਿਹੜੀ ਉਹਦੀ ਸਾਈਟ ਹੈ ਉਹ ਸਾਈਟ ਦੇ ਵਿੱਚੋਂ ਮੁਸਲਮਾਨਾਂ ਦੇ ਖਿਲਾਫ ਟਿੱਪਣੀਆਂ ਡਿਲੀਟ ਕਰ ਦਿੱਤੀਆਂ ਨੇ ਉਹ ਸਾਰੇ ਕਮੈਂਟਸ ਡਿਲੀਟ ਕਰਦੇ ਆ ਜੀ ਇਹਦੇ باوجود ਉਹਦੇ ਬਾਰੇ ਪ੍ਰਭਾਵ ਹੈ ਕਿ ਜਿੰਨਾ ਸਖਤ ਰੋਖੋ ਅਪਣਾਉਂਦਾ ਪਿਆ ਅੱਗੇ ਭਾਰਤ ਵਿੱਚੋਂ ਏਸ਼ੀਅਨ ਦੇਸ਼ਾਂ 'ਚੋਂ ਬ੍ਰੇਨ ਡレイン ਹੋ ਕੇ ਪੜ੍ਹੇ ਲਿਖੇ ਲੋਕ ਸਿਆਣੇ ਲੋਕ ਅਮਰੀਕਾ ਨੂੰ ਜਾ ਰਹੇ ਸਨ ਹੁਣ ਖਤਰਾ ਇਹ ਪੈਦਾ ਹੋ ਗਿਆ ਕਿ ਬ੍ਰੇਨ ਡレイン ਨੂੰ ਬੈਗਅਰ ਲੱਗ ਜਾਏਗਾ ਜਾਂ ਡਾਇਵਰਟ ਹੋ ਜਾਏਗਾ ਕਿਸੇ ਹੋਰ ਪਾਸੇ ਨੂੰ ਅਮਰੀਕਾ ਵਿੱਚੋਂ ਇਨ ਜਿਹੜੇ ਅਕਲਮੰਦ ਲੋਕ ਨੇ ਜਿਹੜੇ ਇੰਟੈਲੀਜੈਂਸ ਜਿਵੇਂ ਆਪਾਂ ਕਹਿ ਸਕਦੇ ਹੌਲੀ ਹੌਲੀ ਖਿਸਕ ਸਕਦਾ ਜੀ ਉਹ ਖਿਸਕਣ ਕਰਕੇ ਇਹ ਤਾਂ ਕਹਿੰਦਾ ਕਿ ਮੈਂ ਜਿਹੜੇ ਇਲੀਗਲ ਇੱਥੇ ਆਏ ਉਹ ਕੱਢਨੇ ਪਰ ਇਹਦੀ ਆਪਣੀ ਪਾਰਟੀ ਦੇ ਅੰਦਰ ਇਹ ਸੋਚ ਚੱਲਦੀ ਪਈ ਹੈ ਕਿ ਇਹ ਬੰਦਾ ਦੇਸ਼ ਵਾਸਤੇ ਬਹੁਤਾ ਫਾਇਦੇਮੰਦ ਨਹੀਂ ਪਰ ਚਾਂਸ ਰਾਸ਼ਟਰਪਤੀ ਬਣ ਗਿਆ ਪਰ ਰਾਸ਼ਟਰਪਤੀ ਬਣ ਜਾਣ ਦਾ ਮਤਲਬ ਇਹ ਨਹੀਂ ਕਿ ਇਹਨੂੰ ਰੱਖਣਾ ਵੀ ਆ ਰੱਖਣਾ ਹੀ ਆ ਕੁਰਸੀ ਦੇ ਵਜਾ ਨੁਕਰਚ ਵੀ ਰੱਖਿਆ ਜਾ ਸਕਦਾ ਉਹ ਇਸ ਤਰ੍ਹਾਂ ਦੀਆਂ ਹੁਣ ਤੋਂ ਸਕੀਮਾਂ ਸੋਚਦੇ ਪਏ ਆ ਤੇ ਵਿਰੋਧੀ ਪਾਰਟੀ ਜਿਹੜੀ ਹੈ ਡੈਮੋਕ੍ਰੈਟਿਕ ਪਾਰਟੀ ਉਹ ਨਹੀਂ ਸੋਚ ਰਹੀ ਇਹਦੀ ਆਪਣੀ ਪਾਰਟੀ ਸੋਚ ਰਹੀ ਹੈ ਤੇ ਕਾਂਗਰਸ ਦੇ ਵਿੱਚ ਆਪਣੀ ਪਾਰਟੀ ਦੀ ਬਹੁਤ ਸੰਮਤੀ ਵੀ ਹੈਗੀ ਹੈ ਤੇ ਡੈਮੋਕ੍ਰੇਟ ਤੇ ਉਹਨੂੰ ਬਚਾਉਣ ਨਹੀਂ ਲੱਗੇ ਉਹ ਤਾਂ ਪਹਿਲਾਂ ਤੇ ਖਿਲਾਫ ਨੇ ਇਸ ਕਰਕੇ ਲੱਗਦਾ ਇਹ ਹੈ ਕਿ ਇਹਦੇ ਆਪਣੇ 4 ਸਾਲ ਹੀ ਨਿਕਲੇ ਬਾਕੀ ਲੋਕਾਂ ਨੂੰ ਕੀ ਕੱਢੂਗਾ ਜੀ ਅਗਲੀ ਖਬਰ ਆਈ ਹੈ ਕਿ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਇਹ ਕਹਿ ਦਿੱਤਾ ਹੈ ਕਿ ਭਾਰਤ ਦੇ ਸਾਰੇ ਲੋਕਾਂ ਦੇ ਵਿੱਚ ਜਿਹੜੇ Hindu ਵਡੇਰਿਆਂ ਦੇ ਇਹ ਸਾਰੇ ਲੋਕ ਅੰਸ਼ ਨੇ ਸਾਰੇ ਲੋਕਾਂ ਦੇ ਵਿੱਚ Hindu ਆਉਂਦੇ ਨੇ ਇਸ ਬਾਰੇ ਤੁਹਾਡੀ ਕਿਰਾਏ ਹੈ ਜੇ ਤਾਂ ਮੋਨ ਭਗਵਤ ਨੇ ਇਹ ਗੱਲ ਆਖੀ ਹੁੰਦੀ ਕਿ ਜਿੰਨੇ ਇੱਥੇ ਲੋਕ ਨੇ ਸਿੱਖ, ਹਿੰਦੂ, ਮੁਸਲਮਾਨ, ਇਸਾਈ ਇਹ ਸਾਰੇ ਭਾਰਤੀ ਵਡੇਰਿਆਂ ਦੀ ਔਲਾਦ ਹੈ ਜੀ ਉਹਨਾਂ ਦੀ ਵੰਸ਼ ਮੈਂ ਵੀ ਆਖਣਾ ਸੀ ਤਾਂ ਗੱਲ ਠੀਕ ਹੈ ਸਿੱਖ ਵੀ ਕੋ ਭਾਰਤ ਨਹੀਂ ਹੈ ਭਾਰਤੀ ਨੇ ਜੀ ਇੱਥੋਂ ਵਾਲੇ ਮੁਸਲਮਾਨ ਵੀ ਕੋਈ ਅਰਬ ਦੇਸ਼ਾਂ ਤੋਂ ਨਹੀਂ ਹੈ ਇੱਥੋਂ ਦੇ ਸਨ ਇੱਥੋਂ ਦੇ ਬੁੱਧੀ, ਜੈਨੀ, ਸਾਡੇ ਕ੍ਰਿਸਚੀਅਨ ਨੇ ਉਹ ਵੀ ਦੂਸਰਿਆਂ ਨੂੰ ਕਨਵਰਟ ਕਰਕੇ ਬਣੇ ਭਾਰਤੀ ਨੇ ਪਰ ਉਹ ਕਹਿੰਦਾ Hindu ਵਡੇਰਿਆਂ ਦੇ ਉੜਾਦਾ Hindu ਵਡੇਰਿਆਂ ਦੀ ਕਦਾਂ ਇਹਨੂੰ ਇਹ ਪਤਾ ਹੀ ਨਹੀਂ ਕਿ ਜਿਹਨੂੰ ਇਹ Hindu ਧਰਮ ਕਹਿ ਰਿਹਾ 6ਵੀਂ ਸੈਂਚਰੀ ਤੱਕ ਤੇ Hindu ਧਰਮ ਹੀ ਨਹੀਂ ਸੀ ਹੂੰ ਹੂੰ ਇਹ ਤੋਂ ਪਹਿਲਾਂ ਸਨਾਤਨ ਧਰਮ ਹੁੰਦਾ ਸੀ ਜੀ ਭਗਵਾਨ ਰਾਮ ਦੇ ਵੇਲੇ Hindu ਲਫ਼ਜ਼ ਵਰਤਿਆ ਹੀ ਨਹੀਂ ਕਿਤੇ ਗਿਆ ਹਾਂਜੀ ਭਗਵਾਨ ਕ੍ਰਿਸ਼ਨ ਦੇ ਵੇਲੇ Hindu ਲਫ਼ਜ਼ ਕਦੇ ਵਰਤਿਆ ਨਹੀਂ ਗਿਆ ਇਹ ਲਫ਼ਜ਼ 6ਵੀਂ ਸਦੀ ਵਿੱਚ ਉਦੋਂ ਵਰਤਿਆ ਗਿਆ ਜਦੋਂ ਅਰਬ ਦੇਸ਼ਾਂ ਵਾਲੇ ਇੱਥੇ ਆਏ ਉਹ ਸਿੰਧ ਨਦੀ ਨੂੰ ਹਿੰਦ ਨਦੀ ਕਹਿੰਦੇ ਸੀ। ਹਿੰਦੂ ਕਹਿੰਦੇ ਸੀ। ਸਿੰਧ ਦੇ ਪਰਲੇ ਪਾਸੇ ਜਿਹੜਾ ਪਹਾੜ ਸੀ ਉਹਨੂੰ ਉਹ ਹਿੰਦੂ ਕੁਸ਼ ਪਰਬਤ ਕਹਿੰਦੇ ਸੀ। ਜਿਹੜੀ ਸਾਡੀ ਸਿੰਧ ਤੋਂ ਇਧਰਲੇ ਪਾਸੇ ਚੜਦੇ ਪਾਸੇ ਦੀ ਭਾਸ਼ਾ ਸਿੰਧ ਤੋਂ ਚੜਦਾ ਪਾਸਾ ਲਾਹੌਰ ਤੋਂ ਸ਼ੁਰੂ ਹੋ ਕੇ ਬੰਗਾਲ ਤੱਕ ਜਾਂਦਾ। ਬਿਹਾਰ ਤੱਕ ਹੈ। ਇਹ ਜਿਹੜੀ ਭਾਸ਼ਾ ਇਹਨੂੰ ਉਹ ਹਿੰਦਵੀਂ ਕਹਿੰਦੇ ਸੀ। ਅਸੀਂ ਇਹਨੂੰ ਸਿੰਧ ਇਲਾਕੇ ਦੀ ਭਾਸ਼ਾ ਕਰਕੇ ਸਿੰਧੀ ਵੀ ਕਹੀ ਜਾਂਦੀ ਸੀ। ਅਸੀਂ ਸप्त ਸਿੰਧੂ ਕਹਿੰਦੇ ਸੀ। ਉਹਨਾਂ ਨੇ ਆ ਕੇ ਸਿੰਧੂ ਤੋਂ ਹਿੰਦੂ ਬਣਾਤਾ ਉਹਦੇ ਤੋਂ ਬਾਅਦ ਇਸ ਸਨਾਤਨ ਧਰਮ ਦੇ ਵਿੱਚ ਵੀ ਕਈ ਕਿਸਮ ਦੇ ਜਿਹੜੇ ਅਗਲੇ ਪਾਸੇ ਫਿਰਕੇ ਬਣੇ ਹੁਣ ਮੋਹਨ ਭਗਵਤ ਕਿਉਂਕਿ ਆਰਐਸਐਸ ਦਾ ਆਗੂ ਹੈ ਤੇ ਆਰਐਸਐਸ ਬਣਾਈ ਇਸ ਕਰਕੇ ਗਈ ਹੈ ਜੀ ਕਿ ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਬਣਾਉਣਾ ਉਹ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਮੁਰਮੁਰ ਕੇ ਕਰਦਾ ਹੈ ਹਾਂਜੀ ਪਰ ਉਹਦਾ ਆਪਣਾ ਜਿਹੜਾ ਸੰਗਠਨ ਹੈ ਉਹ ਵੀ ਕਿੰਨਾ ਕੁ ਹਿੰਦੂ ਰਾਸ਼ਟਰ ਹੈ ਜਿਹੜੇ ਪੈਂਟ ਦੀ ਗੱਲ ਉਹ ਕਰਦਾ ਪਹਿਲਾਂ ਨਿਕਰ ਪਾਉਂਦੇ ਸੀ ਆਰਐਸਐਸ ਵਾਲੇ ਹੁਣ ਪੈਂਟ ਪਾਉਣ ਲੱਗ ਪਿਆ ਹੂੰ ਹੂੰ ਇਹ ਨਿਕਰ ਭਗਵਾਨ ਰਾਮ ਦੇ ਵੇਲੇ ਤੇ ਹੁੰਦੀ ਨਹੀਂ ਸੀ ਨਾ ਪੈਂਟ ਹੁੰਦੀ ਸੀ ਜੀ ਭਗਵਾਨ ਕ੍ਰਿਸ਼ਨ ਦੇ ਵੇਲੇ ਵੀ ਨਿਕਰ ਤੇ ਪੈਂਟ ਨਹੀਂ ਸੀ ਹੁੰਦੀ ਬਿਲਕੁਲ ਜਿਹੜੀਆਂ ਚੀਜ਼ਾਂ ਉਸ ਵਕਤ ਨਹੀਂ ਸੀ ਹੁਣ ਬਾਕੀ ਦੁਨੀਆ ਤੋਂ ਅਡਾਪਟ ਕੀਤੀਆਂ ਨੇ ਇਹ ਉਸ ਵਕਤ ਸ਼ਿਵਾਜੀ ਮਰਾਠਾ ਮਹਾਰਾਣਾ ਪ੍ਰਤਾਪ ਤੇ ਬਾਕੀ ਸਾਰੇ ਲੋਕ ਇਹ ਲੱਕ ਨੂੰ ਇੱਕ ਪਰਨਾ ਬੰਨ੍ਹਦੇ ਸੀ ਜਿਹਨੂੰ ਅਸੀਂ ਕਮਰਕੱਸਾ ਕਹਿ ਸਕਦੇ ਹਾਂਜੀ ਕਮਰਬੰਦ ਕੱਸ ਬੈਲਟ ਤਾਂ ਕਦੇ ਨਹੀਂ ਲਾਈ ਬੈਲਟ ਤਾਂ ਅੰਗਰੇਜ਼ਾਂ ਨੇ ਰੀਸ ਕਰਕੇ ਨਾ ਲਾਈ ਸੀ ਜੀ ਜੀ ਯਾਨੀ ਉਹ ਆਪ ਨੂੰ ਪਤਾ ਨਹੀਂ ਅਸੀਂ ਕੀ ਕਰਦੇ ਪਏ ਆ ਉਦਾਂ ਦੀਆਂ ਜਿਹੜੀਆਂ ਬੇ ਟੰਗੀਆਂ ਬੇ ਤੁਕੀਆਂ ਜੀਆਂ ਗੱਲਾਂ ਕਰਦਾ ਉਹ ਚ ਉਹਨੇ ਕਹਤਾ ਕਿ ਸਾਰੇ ਹਿੰਦੂ ਵਡੇਰਿਆਂ ਦੇ ਔਲਾਦ ਹਿੰਦੂ ਵਡੇਰਿਆਂ ਦੀ ਨਹੀਂ ਭਾਰਤੀ ਵਡੇਰਿਆਂ ਦੀ ਔਲਾਦ ਅਸੀਂ ਸਾਰੇ ਆ ਪਰ ਹਿੰਦੂ ਵਡੇਰਿਆਂ ਦੇ ਔਲਾਦ ਉਹ ਇਹਨੂੰ ਪਤਾ ਹੋਊਗਾ ਕਿੰਨੇ ਕ ਐ ਇਹ ਇਹਨੇ ਗੱਲ ਗਲਤ ਆਖੀ ਆ ਮਰਨਯੋਗ ਨਹੀਂ ਜੀ ਬਨ ਸਭ ਚਰਚਾ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਖਬਰਾਂ ਕੁਝ ਹੋਰ ਵੀ ਨੇ ਪਰ ਵੇਲਾ ਇਜਾਜ਼ਤ ਨਹੀਂ ਦੇ ਰਿਹਾ ਹੁਣ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮੇਟਣ ਦਾ ਵੇਲਾ ਹੋ ਗਿਆ ਜੀ ਫਿਰ ਮਿਲਦੇ ਹਾਂ ਕੁਝ ਹੋਰ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਧੰਨਵਾਦ